ਓ ਹਾਂਜੀ ਸ਼ਰਮਾ ਜੀ ਕੁਛ ਬਣਿਆ ਫਿਰ? ਓ ਯਾਰ ਦੇਖੋ ਕੋਈ, ਉਹ ਇੱਥੇ ਕਿੰਨੇ ਸਟੂਡੈਂਟ ਤੁਰੇ ਫਿਰਦੇ ਯਾਰ, ਕਿਸੇ ਨਾ ਕਿਸੇ ਨੂੰ ਪੁੱਛੋ। ਉਹ ਆਪਣੇ ਕੰਮ ਲਈ ਸਟੂਡੈਂਟ ਹੀ ਸਭ ਤੋਂ ਵਧੀਆ ਰਹਿਣਾ। ਉਹ ਇੱਕ ਤਾਂ ਯਾਰ ਉੱਥੇ ਜ਼ਮੀਨਾਂ ਵੇਚ ਕੇ ਆਉਂਦੇ ਆ, ਪੈਸਾ ਇਹਨਾਂ ਕੋਲ ਹੈਗਾ, ਤੇ ਹੁਣ ਲੁੱਟ ਲਈਏ ਮੌਜ ਬਹਾਰਾਂ, ਬਸ ਮੌਜ ਬਹਾਰਾਂ ਦੇ ਦੇਣਾ। ਠੀਕ ਆ, ਕੋਈ ਨੀ ਸ਼ਰਮਾ ਜੀ ਕਰੋ ਫਿਰ, ਮੈਨੂੰ ਲੱਗਦਾ ਆ ਗਿਆ ਕੋਈ। ਹਾਂਜੀ ਕਾਕਾ ਜੀ ਆ ਜਾਓ, ਸਤਿ ਸ਼੍ਰੀ ਅਕਾਲ ਜੀ, ਬੈਠੋ ਜੀ। ਭਾਈ ਤੁਸੀਂ ਤੁਹਾਨੂੰ ਕੰਮ ਵਾਸਤੇ ਬੰਦਾ ਚਾਹੀਦਾ? ਬੰਦਾ ਤਾਂ ਭਾਈ ਚਾਹੀਦਾ, ਕੰਮ ਕੀ ਕਰਦੇ ਤੁਸੀਂ? ਕੰਮ ਭਾਜੀ ਹੁਣ ਮੈਂ ਕਰਦਾ ਮੈਕਡੋਨਲਡਸ ਤੇ ਕਰਦਾ। ਉਹ ਕਾਕਾ ਇਹਨੂੰ ਰੱਖ ਅੰਦਰ, ਇਹਦੀ ਨਹੀਂ ਲੋੜ ਹੈਗੀ। ਤੂੰ ਮੈਨੂੰ ਇਹ ਦੱਸ ਬਈ ਤੇਰਾ ਕੀ ਸਟੇਟਸ ਕੀ ਆ? ਸਟੇਟਸ ਭਾਜੀ ਮੇਰਾ ਓਪਨ ਵਰਕ ਪਰਮਿਟ ਤੇ ਆ, ਮੈਂ ਸਟੂਡੈਂਟ ਆਇਆ ਸੀ ਜੀ। ਉਹ ਠੀਕ ਆ ਠੀਕ ਆ, ਉਹ ਤੇਰੇ ਵਰਗੇ ਤਾਂ ਯਾਰ ਮੁੰਡੇ ਆਪਾਂ ਨੂੰ ਚਾਹੀਦੇ ਆ। ਉਹ ਅੱਜ ਕੱਲ ਕੀ ਗੱਲ ਆ, ਇੱਥੇ ਜਿੰਨਾ ਵੀ ਤੁਹਾਨੂੰ ਪਤਾ ਇੱਥੇ ਮਾਹੌਲ ਹੋਇਆ ਪਿਆ ਵਾ, ਸਾਨੂੰ ਕੰਮ ਕਰਨ ਵਾਲੇ ਯਾਰ ਬੰਦੇ ਜਿਹੜੇ ਢਿੱਲੇ ਮਿੱਠੇ ਜੇ ਲੱਭਦੇ ਆ, ਸਟੂਡੈਂਟ ਕਾਫੀ ਜੋਸ਼ ਨਾਲ ਕੰਮ ਕਰਦੇ ਆ। ਕੰਮ ਕਰਾਂਗੇ ਚੰਗੀ ਤਰ੍ਹਾਂ। ਠੀਕ ਆ ਠੀਕ ਆ, ਤੂੰ ਕੰਮ ਹੀ ਕਰਨਾ ਜਾਂ ਪੱਕਾ ਵੀ ਹੋਣਾ? ਪੱਕਾ ਹੋਣਾ ਭਾਈ, ਪੱਕੇ ਹੋਣ ਵਾਸਤੇ ਜੋਬ ਚਾਹੀਦੀ ਸੀ। ਉਹ ਠੀਕ ਆ ਠੀਕ ਆ, ਦੇਖ ਕਾਕਾ ਇੱਕ ਮਿੰਟ ਆ ਦਰਵਾਜ਼ਾ ਬੰਦ ਕਰ ਦੇ। ਦੇਖ ਕਾਕਾ ਮੈਂ ਤੈਨੂੰ ਗੱਲ ਦੱਸਦਾ, ਜੇ ਤਾਂ ਤੂੰ ਇੱਥੇ ਪੱਕਾ ਹੋਣਾ ਚਾਹੁੰਦਾ ਵਾ, ਠੀਕ ਆ, ਤਾਂ ਸਿੱਧਾ ਹਿਸਾਬ ਆ ਮਾਰਕੀਟ ਦਾ ਰੇਟ ਹੈਗਾ 25,000, ਤੇ ਆਪਾਂ ਤੇਥੋਂ 20,000 ਦੇ ਵਿੱਚ ਆਪਾਂ ਤੈਨੂੰ ਪੱਕਾ ਕਰਾ ਦੇਣਾ। ਤੇ ਤੈਨੂੰ ਕਿਸੇ ਇੱਥੇ ਲੋਇਰ ਮੁਲਰ ਨਾਲ ਗੱਲ ਕਰਨ ਦੀ ਲੋੜ ਨਹੀਂ, ਮੇਰਾ ਅਕਾਊਂਟੈਂਟ ਆ, ਜਾ ਕੇ ਉਹਦੇ ਨਾਲ ਗੱਲ ਕਰਨੀ। ਜੇ ਪੱਕਾ ਨਹੀਂ ਹੋਣਾ ਫਿਰ ਤੇਰੀ ਮਰਜ਼ੀ ਆ, ਪਰ ਮੈਂ ਤੈਨੂੰ ਆਪਸ਼ਨ ਵਧੀਆ ਦਿੱਤੀ ਆ। $20,000 ਕਹਦਾ ਭਾਜੀ? 20,000 ਕਾਕਾ, ਗੱਲ ਇਹ ਆ ਵੀ ਕੰਮ ਦਾ 20,000 ਨੀਗਾ, ਕੰਮ ਤਾਂ ਜਿਹੜਾ ਤੂੰ ਕਰਨਾ ਉਹਦੇ ਤਾਂ ਤੈਨੂੰ ਕੈਸ਼ ਦੇ ਪੈਸੇ ਮਿਲਣੇ ਆ $8 ਦੇ ਹਿਸਾਬ ਦੇ ਨਾਲ। ਇਹ ਜਿਹੜਾ ਤੈਨੂੰ ਪੱਕਾ ਕਰਾਉਣਾ, ਤੈਨੂੰ ਜਿਹੜੇ ਪੇਪਰ ਅਸੀਂ ਲਾਉਣੇ ਆ, ਜਿਹੜਾ ਮੇਰਾ ਜਿਹੜਾ ਅਕਾਊਂਟੈਂਟ ਆ ਉਹਨੇ ਮੇਰੀ ਸਾਰੀ, ਜਿੰਨਾ ਤੈਨੂੰ ਪਤਾ ਹੋਣਾ, ਦੇਖ ਕਿੱਡਾ ਵੱਡਾ ਮੈਂ ਪੀਜ਼ਾ ਸ਼ਾਪ ਖੋਲੀ ਆ, ਇਹਦਾ ਜਿਹੜਾ ਹੁਣ ਖਰਚਾ ਹੋਇਆ ਵਾ ਉਹਦੀ ਕੀਮਤ ਦੇ ਰਿਹਾ ਤੂੰ। ਐਕਚੁਲੀ ਤੈਨੂੰ ਪੱਕੇ ਹੋਣ ਲਈ ਉਹ ਕਾਗਜ਼ਾਂ ਦੀ ਲੋੜ ਆ, ਆਹ ਜਿਹੜੀ ਮੇਰੇ ਬਿਜ਼ਨਸ ਦੇ ਲਾਇਸੈਂਸ ਆ ਨਾ, ਇਹ ਸਾਰਿਆਂ ਦੀ ਤੈਨੂੰ ਲੋੜ ਪੈਣੀ ਆ, ਇਹ ਪ੍ਰੋਵਾਈਡ ਕਰਨ ਲਈ ਤੇ ਤੈਨੂੰ ਪੱਕੇ ਹੋਣ ਲਈ ਇੰਨਾ ਖਰਚਾ ਤਾਂ ਕਰਨਾ ਹੀ ਪੈਣਾ। ਪੈਸੇ ਕਿੰਨੇ ਦੇ ਕਰੂੰਗੇ ਭਾਈ? ਪੈਸੇ ਭਾਈ ਤੈਨੂੰ ਪਹਿਲਾਂ ਦੱਸਤਾ ਵੀ ਕੈਸ਼ ਪੈਸੇ ਮਿਲਣੇ ਆ ਤੈਨੂੰ, ਤੇ $8 ਦੇ ਹਿਸਾਬ ਨਾਲ ਮਿਲਣੇ ਆ, ਉਹ ਆਪਣਾ ਹਿਸਾਬ ਆ। ਤੇ ਉਸ ਤੋਂ ਬਾਅਦ ਜਿਹੜੀ ਪੋਜੀਸ਼ਨ ਤੈਨੂੰ ਜੋਬ ਦੀ ਚਾਹੀਦੀ ਆ, ਮੈਨੇਜਰ ਚਾਹੀਦਾ ਤੈਨੂੰ ਮੈਨੇਜਰ ਦਵਾਵਾਂਗੇ, ਉਹਦੇ ਜਿਹੜੇ ਪੈਸੇ ਆ $23, $24, ਜਿੰਨੇ ਤੇ ਵੀ ਮੈਨੇਜਰ ਹਾਇਰ ਹੁੰਦਾ ਵਾ, ਉਦੋਂ ਉਤਲੇ ਪੈਸੇ ਆ ਜਿਹੜੇ ਉਹ ਤੂੰ ਸਾਨੂੰ ਪੇ ਕਰ ਦਿਆ ਕਰਨੇ ਆ, ਤੇ 10 ਤਰੀਕ ਨੂੰ ਉਹਦਾ ਚੈੱਕ ਫੜ ਕੇ ਲੈ ਜਾ ਕਰਨਾ। ਠੀਕ ਹੈ, ਤੁਸੀਂ ਮੈਨੂੰ ਕਹਿੰਦੇ ਹੋ ਪਹਿਲਾਂ $20,000 ਵੀ ਤੁਹਾਨੂੰ ਦਵਾਂ? ਹਾਂਜੀ। ਤੇ ਫਿਰ $8 ਦੇ ਕੰਮ ਕਰਾਂ, ਫਿਰ ਉੱਤੇ ਜਿਹੜੇ ਬੰਦੇ ਉਹ ਵੀ ਦਿਆ ਕਰਾਂ? ਉਹ ਕਾਕਾ PR ਵੀ ਤਾਂ ਤੂੰ ਹੀ ਹੋਣਾ, ਕੱਲ ਨੂੰ ਤੂੰ ਇੰਡੀਆ ਚ ਜਾ ਕੇ ਕੁੜੀ ਵਿਆਹ ਕੇ ਲਾਉਣੀ ਆ, ਉਹ ਤੋਂ 40-45 ਲੱਖ ਰੁਪਇਆ ਲੈਣਾ ਵਾ, ਮੈਂ ਤਾਂ ਤੇ ਤੂੰ ਸਿਰਫ ਮੰਗਦਾ ਹੀ 8 ਲੱਖ ਰੁਪਇਆ ਪਿਆ। ਨਹੀਂ ਨਹੀਂ ਭਾਜੀ, ਇਹ ਕੰਮ ਨਹੀਂ ਮੇਰੇ ਤੋਂ ਹੋਣਾ ਕਾਕਾ, ਤੂੰ ਨਹੀਂ ਭਾਜੀ 20 ਦੇਣਾ ਹੈ ਤੇ ਨਾ 40 ਲੈਣਾ। ਉਹ ਕਾਕਾ ਬੈਠ ਤਾਂ ਸਹੀ, ਕੋਈ ਨੀ ਆਪਾਂ ਬੈਠ ਕੇ ਗੱਲ, ਤੂੰ ਬੈਠੀ ਰਹਿੰਦਾ ਠੰਡੇ ਰਹੀ ਜਾਂਦਾ, ਬੈਠੋ ਬੈਠੋ। ਨਹੀਂ ਭਾਜੀ, ਇਹ ਤਾਂ ਸਰਾਸਰ ਧੱਕਾ, ਇੱਕ ਤੁਸੀਂ $20,000 ਦਵਾਂ ਸਾਨੂੰ, ਉੱਪਰ ਦੀ $8 ਦੇ ਕੰਮ ਕਰਾਂ, ਉੱਪਰ ਦੀ ਸਾਨੂੰ ਪੈਸੇ ਵੀ ਵਾਪਸ ਮੋੜਾਂ, 20 ਲੱਖ ਦਾ ਲਾ ਕੇ ਪਹਿਲਾਂ ਆਇਆ ਮੈਂ। ਉਹ ਕਾਕਾ ਦੇਖ ਮੇਰੀ ਗੱਲ ਸੁਣ, ਤੈਨੂੰ ਇੱਥੇ ਹੀ ਆਉਣਾ ਪੈਣਾ ਦੁਬਾਰੇ, ਜੇ ਤੂੰ ਪੱਕਾ ਹੋਣਾ ਵਾ ਤਾਂ ਤੈਨੂੰ ਇੱਦਾਂ ਹੀ ਹੋਣਾ ਪੈਣਾ। ਮੈਂ ਅੱਗੇ 10 ਬੰਦੇ ਪੱਕੇ ਕਰਾਏ ਆ, ਤੇਰੇ ਵਰਗੇ ਸਟੂਡੈਂਟ ਸੀਗੇ, ਉਹਨਾਂ ਨੇ ਇਹੀ ਕੁਛ ਕਰਕੇ ਪੱਕੇ ਹੋਏ ਆ, ਤੇ ਅੱਜ ਉਹ ਐਸ਼ ਦੀ ਜ਼ਿੰਦਗੀ ਬਤੀਤ ਕਰ ਰਹੇ ਆ। ਐਸ਼ ਦੀ ਤਾਂ ਜ਼ਿੰਦਗੀ ਹੋਊਗੀ, ਪਰ ਜਿਹੜਾ ਤੁਸੀਂ ਉਹਨਾਂ ਦਾ ਸ਼ੋਸ਼ਣ ਕੀਤਾ ਉਹ ਦੇਖ ਕਾਕਾ, ਸ਼ੋਸ਼ਣ ਆਪਾਂ ਨੂੰ ਨੀ ਪਤਾ, ਆਪਾਂ ਕੰਮ ਕਰਨਾ, ਤੂੰ ਇੱਥੇ ਪੱਕਾ ਹੋਣਾ ਆ ਨਾ, ਤੇਰੇ ਮਾਂ ਬਾਪ ਉੱਥੇ ਤੇਰਾ ਇੰਤਜ਼ਾਰ ਕਰ ਰਹੇ ਆ ਵੀ ਕਦੋਂ ਸਾਡਾ ਪੁੱਤ ਪੱਕਾ ਹੋ ਕੇ ਆਵੇ, ਤੇ ਇਹ ਅੱਜ ਤੈਨੂੰ ਮੌਕਾ ਮੈਂ ਦੇ ਰਿਹਾ ਕੈਨੇਡਾ ਦੇ ਵਿੱਚ ਪੱਕਾ ਹੋਣ ਦਾ। ਜੇ ਤੂੰ ਅੱਜ ਠੋਕਰ ਮਾਰ ਕੇ ਚਲਾ ਜਾਂਦਾ, ਕੱਲ ਨੂੰ ਕੋਈ ਗਰੰਟੀ ਨਹੀਂ ਤੈਨੂੰ ਜੋਬ ਮਿਲੂਗੀ, ਅੱਗੇ ਤੇਰੀ ਮਰਜ਼ੀ ਹੈ ਕਾਕਾ, ਸੋਚ ਲਾ, ਸੋਚ ਕੇ ਵਿਚਾਰ ਕਰ ਲਾ। ਆਹ ਮੇਰਾ ਕਾਰਡ ਆ, ਮੇਰੇ ਕਾਰਡ ਦੇ ਉੱਤੇ ਮੈਨੂੰ ਕਾਲ ਕਰ ਲਈ ਜਦੋਂ ਮਰਜ਼ੀ, ਤੇ ਮੇਰਾ ਅਕਾਊਂਟੈਂਟ ਨੂੰ ਮੈਂ ਸਮਝਾ ਦੂ ਸਾਰੀ ਗੱਲ, ਤੇ ਆਪਾਂ ਕੋਈ ਨੀ ਜਿਹੜੇ ਪੈਸੇ ਆ ਇਹਦਾ ਆਪਾਂ ਲੈਣ ਦੇਣ ਘੱਟ ਵੱਧ ਕਰ ਲਾਂਗੇ, ਤੈਨੂੰ ਕਿਸ਼ਤਾਂ ਦੇ ਵਿੱਚ ਪੈਸੇ ਦੇਣੇ ਪੈਣੇ ਆ। ਕੋਈ ਨੀ ਭਾਜੀ ਫਿਰ, ਠੀਕ ਹੈ, ਚਲੋ ਠੀਕ ਹੈ, ਰੱਬ ਰੱਖਾ ਜੀ, ਸਤਿ ਸ੍ਰੀ ਅਕਾਲ। ਹੈਲੋ, ਉਹ ਸ਼ਰਮਾ ਜੀ, ਇਹ ਸਟੂਡੈਂਟਾਂ ਨੂੰ ਹੋਇਆ ਕੀ ਅੱਜ ਕੱਲ, ਇੰਨੇ ਸਵਾਲ ਤਾਂ ਮੈਂ ਅੱਜ ਤੱਕ ਜ਼ਿੰਦਗੀ ਦੇ ਵਿੱਚ ਤੁਹਾਨੂੰ ਨਹੀਂ ਦੱਸੇ, ਇੰਨੇ ਜਵਾਬ ਤਾਂ ਮੈਂ ਤੁਹਾਨੂੰ ਨਹੀਂ ਅੱਜ ਤੱਕ ਦਿੱਤੇ ਜਿੰਨੇ ਇਹ ਸਟੂਡੈਂਟ ਮੈਨੂੰ ਪੁੱਛ ਗਿਆ। ਮੈਨੂੰ ਲੱਗਦਾ ਹੈ ਇਹ ਜਾਗਰੂਕ ਹੋਣ ਲੱਗ ਗਿਆ, ਤੇ ਹੁਣ ਆਪਾਂ ਨੂੰ ਕੋਈ ਹੋਰ ਸਕੀਮ, ਕੋਈ ਹੋਰ ਉਪਰਾਲਾ ਵਰਤਣਾ ਪੈਣਾ ਇਹਨਾਂ ਨੂੰ ਸ਼ਿਕੰਜੇ ਚ ਲੈਣ ਲਈ। ਚਲੋ ਠੀਕ ਆ, ਮਿਲਦੇ ਆਪਾਂ ਸ਼ਾਮ ਨੂੰ ਫਿਰ, ਪੈਗ ਸ਼ੈਗ ਲਾਉਂਦੇ ਹਾਂ। ਓਕੇ ਜੀ, ਸਤਿ ਸ੍ਰੀ ਅਕਾਲ। ਹੈਲੋ, ਹਾਂਜੀ ਹਾਂਜੀ, ਕਿੱਦਾਂ ਜੀ, ਠੀਕ ਠਾਕ? ਹੈਲੋ, ਹਾਂਜੀ ਹਾਂਜੀ, ਕੋਈ ਨੀ, ਮਿਲਦੇ ਆ, ਮੈਂ ਨਿਕਲਣ ਨੀ ਲੱਗਾ ਬਸ ਆਫਿਸ ਚੋਂ,
ਮੈਂ ਉੱਥੇ ਪਹੁੰਚ ਕੇ ਤੁਹਾਨੂੰ ਕਾਲ ਕਰਦਾ ਫਿਰ ਤੁਸੀਂ ਆ ਜਾਓ। ਸੌਰੀ ਸੌਰੀ ਵੀਰ ਜੀ, ਮੈਂ ਬਾਅਦ 'ਚ ਕਰ ਲਾਂ। ਭਾਜੀ ਤੁਸੀਂ, ਤੁਹਾਡਾ ਆਫਿਸ ਹੈ? ਹਾਂਜੀ ਹਾਂਜੀ ਭਾਜੀ। ਮੈਂ ਭਾਜੀ ਜੋਬ ਵਾਸਤੇ ਅਪਲਾਈ ਕਰਨ ਆਇਆ ਸੀ, ਤੁਹਾਡੇ ਕੋਲ ਟਾਈਮ ਹੈ? ਵੈਸੇ ਤਾਂ ਮੈਂ ਚੱਲਣਾ ਹੀ ਸੀ, ਪਰ ਆ ਜਾਓ ਤੁਸੀਂ ਕੋਈ ਗੱਲ ਨਹੀਂ। ਥੈਂਕ ਯੂ ਭਾਜੀ। ਇੰਪਲੋਇਰ ਤਾਂ ਚੰਗਾ ਲੱਗਦਾ, ਲੱਗਦਾ ਗੱਲ ਬਣ ਜੂਗੀ। ਮੈਂ ਅੱਜ ਹੀ ਪੈਸੇ ਦੀ ਗੱਲ ਕਰ ਲਾਂ ਇਹਦੇ ਨਾਲ। ਕਹਿੰਦੇ ਫਸਟ ਇੰਪ੍ਰੈਸ਼ਨ ਲਾਸਟ ਇੰਪ੍ਰੈਸ਼ਨ, ਕਿਤੇ ਮੁੱਕਰ ਹੀ ਨਾ ਜਾਵੇ। ਚਲੋ ਦੇਖਦੇ ਹਾਂ। ਸਰ ਮੇਕ ਅ ਮੈਂ, ਹਾਂਜੀ ਹਾਂਜੀ ਆਓ ਬੈਠੋ। ਹਾਂਜੀ ਛੋਟੇ ਵੀਰ, ਕੀ ਕਰ ਸਕਦਾ ਤੁਹਾਡੇ ਲਈ ਦੱਸੋ। ਭਾਜੀ ਮੈਂ ਵਰਕ ਪਰਮਿਟ 'ਤੇ ਹਾਂ, ਓਪਨ ਵਰਕ ਪਰਮਿਟ 'ਤੇ, ਅਤੇ ਮੈਂ ਜੋਬ ਲਈ ਅਪਲਾਈ ਕਰਨ ਆਇਆ ਸੀਗਾ। ਠੀਕ ਹੈ। ਅਤੇ ਕੀ ਕੁਆਲੀਫਿਕੇਸ਼ਨ ਹੈ ਤੁਹਾਡੀ? ਕੁਆਲੀਫਿਕੇਸ਼ਨ ਸਰ ਮੈਂ ਮਾਸਟਰਸ ਕੀਤੀ ਹੈ ਇੱਥੋਂ, ਅਤੇ ਇੰਡੀਆ ਤੋਂ ਮੈਂ ਇੰਜੀਨੀਅਰ ਸੀਗਾ ਜੀ। ਠੀਕ ਹੈ। ਅਤੇ ਹੁਣ ਮੈਨੂੰ ਇਹ 3 ਸਾਲ ਦਾ ਵਰਕ ਪਰਮਿਟ ਮਿਲਿਆ ਜੀ, ਅਤੇ ਮੈਂ ਕਿਹਾ ਵੀ ਜੋਬ ਅਪਲਾਈ ਕੀਤੀ ਜਾਵੇ, ਮੈਂ ਤੁਹਾਡਾ ਹਾਇਰਿੰਗ ਪੜ੍ਹਿਆ ਸੀਗਾ। ਹਾਂਜੀ ਹਾਂਜੀ। ਅਤੇ ਭਾਜੀ ਤੁਸੀਂ ਫਿਕਰ ਨਾ ਕਰੋ, ਠੀਕ ਹੈ, ਮੈਨੂੰ ਸਾਰੇ ਰੂਲ ਪਤਾ ਇੱਥੋਂ ਦੇ। ਮੈਂ 8 ਘੰਟੇ ਦੇ ਕੰਮ ਕਰਨ ਨੂੰ ਵੀ ਤਿਆਰ ਹਾਂ, ਅਤੇ ਮੈਂ ਤੁਹਾਨੂੰ $15,000 ਦਊਂਗਾ ਆਪਣੀ ਜੇਬ 'ਚੋਂ। ਠੀਕ ਹੈ ਜੀ, ਹੋਰ ਕੀ ਦਊਂਗੇ ਤੁਸੀਂ? ਨਹੀਂ, ਮੈਂ ਤੁਹਾਨੂੰ ਜਿਹੜਾ ਉੱਤੇ ਟੈਕਸ ਆ ਜਿਹੜਾ ਉਹ ਮੈਂ ਪੇ ਕਰੂੰਗਾ ਜੀ, ਠੀਕ ਹੈ। ਤੁਹਾਨੂੰ ਵਰੀ ਕਰਨ ਦੀ ਕੋਈ ਲੋੜ ਨਹੀਂ ਗੀ, ਮੈਨੂੰ ਸਾਰਾ ਕੁਝ ਸਮਝਾਤਾ ਇੱਥੋਂ ਦੇ ਸਟੂਡੈਂਟ ਜਿਹੜੇ ਪਹਿਲਾਂ ਪੱਕੇ ਹੋਏ ਸੀਗੇ, ਅਤੇ ਮੈਂ ਉਦਾਂ ਹੀ ਟਰਮਸ ਐਂਡ ਕੰਡੀਸ਼ਨ ਫੋਲੋ ਕਰੂੰਗਾ, ਅਤੇ ਤੁਹਾਡਾ ਕੰਮ ਵੀ ਜ਼ੋਰ ਨਾਲ ਕਰੂੰਗਾ ਜੀ। ਠੀਕ ਹੈ। ਆਪਣਾ ਰੈਜ਼ਮੇ ਦਿਓ ਜੀ, ਅਤੇ ਪਾਣੀ ਪੀਓ ਭਾਜੀ, ਠੰਡੇ ਹੋ, ਇੰਨੇ ਤੱਤੇ ਹੋਈ ਫਿਰਦੇ ਆ, ਪੈਸੇ ਚੱਕੀ ਜੇਬ 'ਚ ਪਾਈ ਫਿਰਦੇ, ਲਾਦੇ 20,000 ਦੇ ਦੂੰਗੇ, 25 ਦੇ ਦੂੰਗੇ। ਮੈਂ ਭਾਜੀ ਆਪਣੀ ਭੈਣ ਵਿਆਹਣੀ ਆ, ਅਤੇ ਮੈਂ ਇੱਥੇ ਪੱਕਾ ਹੋਣਾ ਆ, ਅਤੇ ਪੱਕਾ ਹੋਣਾ ਚਾਹੁੰਦਾ, ਇਸ ਦੇ ਲਈ ਮੈਨੂੰ ਕੋਈ ਵੀ ਕੀਮਤ ਤਾਰਨੀ ਪਵੇ ਮੈਂ ਤਿਆਰ ਹਾਂ। ਕੀਮਤ ਤੁਸੀਂ ਪੈਸੇ ਫਿਰ ਆਪਣੀ ਭੈਣ ਦੇ ਵਿਆਹ 'ਤੇ ਲਾਓ ਨਾ, ਅਤੇ ਮੈਨੂੰ ਕਾਹਦੇ ਵਾਸਤੇ ਦੇ ਰਹੇ ਜੀ, ਮੈਨੂੰ ਸਮਝ ਨਹੀਂ ਆਈ। ਪਰ ਇੱਥੇ ਤਾਂ ਪੈਸੇ ਤੋਂ ਬਿਨਾਂ ਕੋਈ ਪੱਕਾ ਹੁੰਦਾ ਹੀ ਨਹੀਂ ਦੇਖਿਆ ਮੈਂ। ਨਹੀਂ ਨਹੀਂ ਭਾਜੀ, ਉਹ ਟਾਈਮ ਚਲੇ ਗਏ ਹੁਣ, ਤੁਸੀਂ ਤਾਂ ਜੋਬ ਵਾਸਤੇ ਓਵਰ ਕੁਆਲੀਫਾਈਡ ਆ, ਅਤੇ ਮੈਂ ਤੁਹਾਨੂੰ ਵੱਧ ਤੋਂ ਵੱਧ ਆਪਣੇ ਇੱਥੇ ਮੈਨੇਜਰ ਦੀ ਸਾਨੂੰ ਲੋੜ ਆ, ਮੈਂ ਤੁਹਾਨੂੰ ਮੈਨੇਜਰ ਹੀ ਲਾ ਸਕਦਾ, ਅਤੇ ਮੈਂ ਤੁਹਾਨੂੰ $24 ਘੰਟੇ ਦੇ ਸਕਦਾ। $24? ਹਾਂਜੀ। ਤੇ ਟੈਕਸ ਮੈਨੂੰ ਪੇ ਕਰਨਾ ਪਊ? ਨਹੀਂ ਨਹੀਂ, ਟੈਕਸ ਕਾਹਦਾ ਜੀ, ਟੈਕਸ ਤਾਂ ਜਿਹੜਾ ਇੰਪਲੋਇਰ ਦਾ ਟੈਕਸ ਹੋਣਾ ਮੈਂ ਦੇਣਾ, ਜਿਹੜਾ ਤੁਹਾਡਾ ਟੈਕਸ ਆ ਤੁਸੀਂ ਦੇਣਾ। ਓ ਰੀਅਲੀ? ਹਾਂਜੀ। ਪਰ ਕੀ ਮੈਂ ਪੁੱਛ ਸਕਦਾ ਇਹ ਮਿਹਰਬਾਨੀ ਮੇਰੇ ਤੇ ਕਿਉਂ? ਹਾਂਜੀ ਹਾਂਜੀ, ਇਹਨੂੰ ਦੱਸਦਾ ਖੜੇ ਹੋ ਤੁਸੀਂ ਭਾਈ। ਯੂ ਆਰ ਹਾਇਰਡ ਮੇਰਾ ਭਰਾ, ਤੇ ਉਹ ਜ਼ਮਾਨੇ ਗਏ ਜਦੋਂ ਸਟੂਡੈਂਟਾਂ ਨੂੰ ਪੈਸੇ ਦੇਣੇ ਪੈਂਦੇ ਹੁੰਦੇ ਸੀ, ਹੁਣ ਸਟੂਡੈਂਟ ਇੰਪਲੋਇਰ ਬਣ ਗਏ ਆ, ਬਸ ਤੂੰ ਇੰਨਾ ਧਿਆਨ ਰੱਖੀ ਕਿ ਜਦੋਂ ਤੇਰੇ ਕੋਲ ਕਿਸੇ ਦਿਨ ਕੋਈ ਸਟੂਡੈਂਟ ਆਇਆ ਤੂੰ ਉਹਦੇ ਕੋਲੋਂ ਪੈਸੇ ਲੈ ਲਈ। ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਆ, ਤੇ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਆਉਣ ਵਾਲੇ ਸਟੂਡੈਂਟ ਦੀ ਮੈਂ ਇਸੇ ਤਰ੍ਹਾਂ ਤੁਹਾਡੇ ਵਾਂਗੂ ਹੈਲਪ ਕਰੂੰਗਾ। ਬਸ ਇੰਨਾ ਕੰਮ ਕਰ ਦਿਓ, ਸਾਰਾ ਕੁਝ ਠੀਕ ਰਹੂਗਾ। ਧੰਨਵਾਦ। ਓਕੇ।